ਕਲੱਬ ਦੇ ਵਿੱਚ ਦੋ ਤਿੰਨ ਗਾਣੇ ਗਾਏ ਸੀ ਉਹਦੇ ਵਿੱਚ ਦਿਲ ਲੱਗੀ ਕੁੜੀ ਦਾ ਇੱਕ ਟੱਪਾ ਗਾਇਆ ਸੀ 6 ਮਹੀਨੇ ਬਾਅਦ ਜਦੋਂ ਪੂਰੀ ਐਲਬਮ ਹੋ ਗਈ ਇਹ ਗਾਣਾ ਰਿਕਾਰਡ ਨਹੀਂ ਕੀਤਾ ਸੀ ਤੇ ਉਹਨਾਂ ਨੇ ਕਿਹਾ ਵੀ ਯਾਰ ਜੱਸੀ ਉਹ ਦਿਲ ਲੱਗੀ ਕੁੜੀ ਗੁਜਰਾਤ ਦੀ ਕਰਦੇ ਤੇ ਮੈਂ ਉਹਨਾਂ ਨਾਲ ਲੜਾਈ ਕਰਨੀ ਸ਼ੁਰੂ ਕਰਤੀ ਆਪਾਂ ਪੰਜਾਬੀ ਜਦਾਂ ਵੀ ਦੋ ਪੱਤਰ ਅਨਾਰਾਂ ਦੇ ਵੇ ਸਾਡੀ ਗਲੀ ਲੰਘ ਮਾਇਆ ਦੁੱਖ ਟੁੱਟਣ ਬਿਮਾਰਾਂ ਦੇ ਸਾਡੀ ਗਲੀ ਲੰਘ ਮਾਇਆ ਦੋ ਜ਼ੁਲਫਾਂ ਛੱਲੇ ਵੇ ਛੱਲੇ ਵੇ ਸਾਰਾ ਜੱਗ ਸੋਹਣਾ ਏ ਮੇਰੇ ਮਾਹੀਏ ਤੋਂ ਥੱਲੇ ਵੇ ਥੱਲੇ ਸਾਰਾ ਜੱਗ ਸੋਹਣਾ ਇੱਕ ਮੁੰਡਾ ਪੰਜਾਬੀ ਜਿਹਦੇ ਨੈਣ ਸ਼ਰਾਬੀ ਇੱਕ ਮੁੰਡਾ ਪੰਜਾਬੀ ਜਿਹਦੇ ਨੈਣ ਸ਼ਰਾਬੀ ਉਹਨੂੰ ਲਵ ਯੂ ਆਖਦੀ ਦਿਲ ਲੱਗੀ ਕੁੜੀਏ ਦਿਲ ਲੱਗੀ ਕੁੜੀ ਗੁਜਰਾਤ ਦੀ ਉਹ ਦਿਲ ਲੱਗੀ ਕੁੜੀ ਪੰਜਾਬ ਦੀ ਕਈ ਵਾਰੀ ਪਤਾ ਨਹੀਂ ਹੁੰਦਾ ਇਸ ਗੱਲ ਦਾ ਕਿ ਕਿੱਧਰ ਨੂੰ ਜਾਏਗਾ ਪਰ ਕੁਛ ਕੁਛ ਇੰਸੀਡੈਂਟ ਕੁਛ ਕੁਛ ਵਾਈਬਸ ਜਿਹੜੀਆਂ ਉਹਨਾਂ ਦਾ ਪਤਾ ਲੱਗਦਾ ਮੈਨੂੰ ਯਾਦ ਹੈ ਕਿ ਜਦੋਂ ਦਿਲ ਲੱਗੀ ਕੁੜੀ ਗੁਜਰਾਤ ਦੀ ਐਲਬਮ ਹੋਈ ਤੇ ਅਸੀਂ 8 ਗਾਣੇ ਕਰਕੇ ਮੈਂ ਵੀਰਾ ਭਾਜੀ ਅਸੀਂ ਬੰਬੇ ਜਾ ਕੇ ਟਾਈਮਸ ਦੇ ਨਾਲ ਟਾਈਮਸ ਮਿਊਜ਼ਿਕ ਦੇ ਨਾਲ ਉਹ ਪਹਿਲੀ ਐਲਬਮ ਸੀ ਉਹਨਾਂ ਦੀ ਤੇ ਅਸੀਂ ਕਰਕੇ ਆਏ ਤੇ ਜਦੋਂ ਆਏ ਤਾਂ ਇੱਕ ਪ੍ਰੋਗਰਾਮ ਕੀਤਾ ਹੋਇਆ ਸੀ ਅਸੀਂ ਅਰੋੜਾ ਸਾਹਿਬ ਉੱਥੇ ਸੀਈਓ ਪ੍ਰੈਜ਼ੀਡੈਂਟ ਹੁੰਦੇ ਸੀਗੇ ਉਹਨਾਂ ਦੇ ਬੇਟੇ ਦੇ ਇੱਕ ਸ਼ਾਦੀ ਦੇ ਉੱਪਰ ਕਲੱਬ ਦੇ ਵਿੱਚ ਦੋ ਤਿੰਨ ਗਾਣੇ ਗਾਏ ਸੀ ਉਹਦੇ ਵਿੱਚ ਦਿਲ ਲੱਗੀ ਕੁੜੀ ਦਾ ਇੱਕ ਟੱਪਾ ਗਾਇਆ ਸੀ ਤੇ ਉਹਨਾਂ ਨੇ 6 ਮਹੀਨੇ ਬਾਅਦ ਜਦੋਂ ਪੂਰੀ ਐਲਬਮ ਹੋ ਗਈ ਇਹ ਗਾਣਾ ਰਿਕਾਰਡ ਨਹੀਂ ਕੀਤਾ ਸੀ ਅੱਛਾ ਤੇ ਉਹਨਾਂ ਨੇ ਕਿਤੇ ਉਹ ਐਲਬਮ ਦੇਖੀ ਫਿਰ ਦੁਬਾਰਾ ਵਿਆਹ ਵਾਲੀ ਆਪਣੇ ਬੇਟੇ ਦੀ ਤੇ ਉਹਨਾਂ ਨੇ ਕਿਹਾ ਵੀ ਯਾਰ ਜੱਸੀ ਉਹ ਦਿਲ ਲੱਗੀ ਕੁੜੀ ਗੁਜਰਾਤ ਦੀ ਕਰਦੇ ਤੇ ਮੈਂ ਉਹਨਾਂ ਨਾਲ ਲੜਾਈ ਕਰਨੀ ਸ਼ੁਰੂ ਕਰਤੀ ਆਪਾਂ ਪੰਜਾਬੀ ਜਦਾਂ ਵੀ ਅਖੜ ਜੇ ਹੁੰਦੇ ਹਾਂ ਨਹੀਂ ਨਹੀਂ ਜੀ ਮੇਰੀ ਐਲਬਮ ਦੇ ਦਿਉ ਜੀ ਮੈਂ ਮੇਰੇ ਕੋਲ ਪੈਸੇ ਲੈ ਲਓ ਜੀ ਕੋਈ ਮੈਨੂੰ ਤੁਸੀਂ ਜਾਣ ਕੇ ਟੋਰਚਰ ਕਰ ਰਹੇ ਹੋ ਉਹ ਕਹਿੰਦੇ ਯਾਰ ਜੱਸੀ ਪੰਜਾਬੀ ਬੋਲਦੇ ਸੀ ਉਹ ਕਹਿੰਦੇ ਯਾਰ ਜੱਸੀ ਮੇਰੀ ਨੂੰਹ ਕਰਕੇ ਤੂੰ ਇਹ ਗਾਣਾ ਨਹੀਂ ਗਾ ਸਕਦਾ ਉਹ ਗੁਜਰਾਤ ਤੋਂ ਹੈ ਯਾਰ ਤੇ ਤੇਰਾ ਗਾਣਾ ਵਧੀਆ ਤੇ ਫਿਰ ਮੈਂ ਚਲੋ ਥੋੜ੍ਹਾ ਜਿਹਾ ਸੌਫਟ ਹੋ ਗਿਆ ਮੈਂ ਉਹ ਗਾਣਾ ਕੀਤਾ ਤੇ ਮੈਨੂੰ ਯਾਦ ਹੈ ਜਦੋਂ ਦਿੱਲੀ ਵਿੱਚ ਅਸੀਂ ਗਾਣਾ ਕਰਕੇ ਸੁਣਨ ਲੱਗੇ ਤੇ ਮਾਨ ਸਾਹਿਬ ਬਾਬੂ ਸਿੰਘ ਮਾਨ ਜੀ ਉਹ ਆਏ ਉਹਨਾਂ ਦਾ ਅਜੇ ਕਿ ਲਿਖਿਆ ਨਹੀਂ ਹੋਇਆ ਸੀ ਉਹ ਗਾਣਾ ਤੇ ਉਹ ਆਏ ਸਟੂਡੀਓ ਦੇ ਵਿੱਚ ਤੇ ਮੈਂ ਆਖਿਆ ਮਾਨ ਸਾਹਿਬ ਉਹਨਾਂ ਨੇ ਗਾਣਾ ਸੁਣਿਆ ਇੱਕ ਵਾਰੀ ਕਹਿੰਦੇ ਯਾਰ ਇੱਕ ਵਾਰੀ ਹੋਰ ਪਲੇ ਕਰੋ ਫਿਰ ਦੂਸਰੀ ਵਾਰੀ ਪਲੇ ਕੀਤਾ ਕਹਿੰਦੇ ਮੈਂ ਆਖਿਆ ਮਾਨ ਸਾਹਿਬ ਇਹਨੂੰ ਗਾਵਾਂਗਾ ਮੈਂ ਅੱਛੀ ਤਰ੍ਹਾਂ ਕਹਿੰਦੇ ਹੁਣ ਇਹਨੂੰ ਦੁਬਾਰਾ ਨਾ ਗਾਈਏ ਗਾਣਾ ਹਿੱਟ ਹੈ ਅੱਛਾ ਉਹ ਕਿਉਂਕਿ ਉਹਨਾਂ ਦਾ ਇੰਨਾ ਤਜਰਬਾ ਹੁੰਦਾ ਉਹ ਲੋਕ ਜਿਹੜੇ ਉਸਤਾਦ ਲੋਕ ਹੁੰਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਵਾਈਬਸ ਦਾ ਤੇ ਬਸ ਫਿਰ ਡੇ ਬਾਈ ਡੇ ਉਹਦੀ ਜਿੱਦਾਂ ਵੀਡੀਓ ਚਲੋ ਵਲਗਰ ਸੀਗੀ ਉਹਦੀ ਥੋੜ੍ਹੀ ਬਹੁਤ ਬਟ ਵੀਡੀਓ ਵੱਲ ਨੂੰ ਵੀ ਚੱਲ ਗਏ ਫਿਰ ਉਹਦੀ ਮਾਰਕੀਟਿੰਗ ਜਿਹੜੀ ਸਭ ਤੋਂ ਜ਼ਿਆਦਾ ਜਿੰਨੀ ਮਾਰਕੀਟਿੰਗ ਹੋਣ ਹੁੰਦੀ ਹੈ ਗਾਣਿਆਂ ਦੀ ਦਿਲ ਲੱਗੀ ਦੀ ਉਸ ਟਾਈਮ ਤੇ ਇਸ ਤੋਂ ਵੀ ਜ਼ਿਆਦਾ ਮਾਰਕੀਟਿੰਗ ਸੀ।